ہستے تج... میرے 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 رو وستے رو جیندے رو میں تارک سانی تیس دیکھ رہے ہو میرے یوٹیوب چینل ریبر انٹرٹیمنٹ ربر آج بڑی ہی مزیدار اور بڑی ہی کلاسیکل اور بڑی ہی بہترین فلم لے کے تاریخ خدمت حاضر ہو رہے ہیں اور سلطان رئی دی کیریئر دی بڑی ہی بہترین فلم ہے تو اس فلم دا نام ہے چل سو چل انیس سو بروز جمعہ ریلیز ہون والی ایک رنگین پنجابی فلم چل سو چل اس فلم جڑا موضوع ہے ایکشن لڑائی مار کٹائی انتقام پولیس مقابلہ ہے اس فلم دے دا کارن سلطان رائی رانی مصطفیٰ قریشی ਅਲਿਆਸ ਕਸ਼ਮੀਰੀ ਅਨਵਰ ਖਾਨ ਜੱਗੀ ਮਲਕ ਤੇ ਬਾਹਰ ਬੇਗਮ ਹਦਿਆਤ ਯੂਨਸ ਮਲਕ ਫਿਲਮ ਸਾਜ਼ ਯੂਨਸ ਮਲਕ ਮੂਸਿਕੀ ਵਿਜਾਹਤ ਅਤਰੇ ਇਹਨੂੰ ਲਿਖਿਆ ਨਾਸਰ ਅਦੀਬ ਨੇ ਇਸ ਸਿੰਧ ਦੀ ਕਹਾਣੀ ਜੋ ਦੁਸਟਾਰਟ ਹੁੰਦੀ ਏ ਚੌਧਰੀ ਹਸ਼ਮਤ ਦੀ ਹਵੇਲੀ ਤੋਂ ਇਹ ਦੀ ਕਹਾਣੀ ਸਟਾਰਟ ਹੁੰਦੀ ਏ ਹਵੇਲੀ ਦੇ ਅੰਦਰ ਖੂਬ ਭਲਾ ਗੁਲਾ ਹੁੰਦਾ ਹੈ ਮਠਾਈਆਂ ਵੰਡੀਆਂ ਜਾ ਰਹੀਆਂ ਹੁੰਦੀਆਂ ਢੋਲ ਵਜਰੇ ਹੱਲਾ ਗੁਲਾਏ ਮਸਤੀਏ ਕਿਉਂਕਿ ਆ ਚੌਧਰੀ ਅਸ਼ਮਦ ਦੇ ਤਿੰਨ ਪੁੱਤਰ ਜੇਲ੍ਹ ਤੋਂ ਰਿਹਾ ਹੋ ਕੇ ਆ ਰਹੇ ਔਰ ਇਹ ਤਿੰਨੋ ਜਿਹੜਾ ਨਾ ਬੜੀ ਹੀ ਸ਼ੈਤਾਨੀ ਤਬੀਅਤ ਦੇ ਮਾਲਕ ਹੁੰਦੇ ਨੇ ਰਸਤੇ 'ਚ ਉਹਨਾਂ ਦੀ ਮੁਲਾਕਾਤ ਰਾਣੀ ਨਾਲ ਹੋ ਜਾਂਦੀ ਏ ਔਰ ਰਾਣੀ ਨੂੰ ਉਹ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਨੇ ਰਾਣੀ ਦਾ ਜਿਹੜਾ کردار ਏ ਉਹਦਾਕਰ ਰਾਣੀ ਨੇ ਅਦਾ ਕੀਤਾ ਹੈ ਬੇਗੈਰ ਤੋਂ ਹਾਂ ਤੇ ਸਮਝਿਆ ਸਾਂ ਕਿ ਤਗੀਰਦਾਰ ਦਾ ਤਾਰ ਤੁਹਾਨੂੰ ਚੇਲੇ ਪਹੁੰਚੇਗਾ ਤੇ ਤੁਸੀਂ ਵਾਪਸ ਉਸੇ ਮੈਦਾਨੇ ਚ ਜਿਹੜੀ ਰਾਣੀ ਹੁੰਦੀ ਏ ਉਹ ਨਾਦਰ ਦੀ ਮੰਗੇਤਰ ਹੁੰਦੀ ਏ ਤੇ ਨਾਦਰ ਦਾ ਕਿਰਦਾਰ ਅਦਾਕਾਰ ਸੁਲਤਾਨ ਰੈ ਨੇ ਅਦਾ ਕੀਤਾ ਹੈ ਚੌਧਰੀ ਹਸ਼ਮਤ ਮੰਗਣੀ ਦੀ मुंदਰੀ ਲੈ ਕੇ ਰਾਣੀ ਦੇ ਘਰ ਪਹੁੰਚ ਜਾਂਦਾ ਔਰ ਉਹਦੇ ਪਿਓ ਸ਼ੇਖ ਇਕਬਾਲ ਨੂੰ ਜ਼ਬਰਦਸਤੀ ਮੁੰਦਰੀ ਦੇਂਦਾ ਹੋਰ ਕਹਿੰਦਾ ਕਿ ਤੇਰੀ ਧੀ ਨੂੰ ਮੇਰੇ ਪੁੱਤਰ ਨੇ ਪਸੰਦ ਕਰ ਲிட்டਾ ਜਦੋਂ ਸਾਰੀ ਗੱਲ ਨਾਦਰ ਨੂੰ ਪਤਾ ਚੱਲਦੀ ਏ ਤੇ ਨਾਦਰ ਦੀ ਮਾਂ ਹਵੇਲੀ ਜਾਂਦੀ ਏ ਪਰ ਨਾਦਰ ਦੀ ਮਾਂ ਨੂੰ ਚੌਧਰੀ ਦੇ ਪੁੱਤਰ ਬੇਇੱਜ਼ਤ ਕਰਕੇ ੱੱਕੇ ਮਾਰ ਕੇ ਹਵੇਲੀ ਤੋਂ ਕੱਢ ਦਿੰਦੇ ਨੇ ਨਾਦਰ ਤੇ ਉਹਦੀ ਮਾਂ ਥਾਣੇ ਜਾਂਦੇ ਨੇ ਤਾਂ ਕਿ ਇਨਸਾਫ਼ ਮੰਗ ਸਕਣ ਪਰ ਜਦੋਂ ਥਣੇਦਾਰ ਨੂੰ ਪਤਾ ਚੱਲਦਾ ਹੈ ਕਿ ਸਾਰਾ ਮਾਮਲਾ ਚੌਧਰੀ ਹਸ਼ਮਤ ਦਾ ਹੈ ਉਹ ਉਹਨਾਂ ਨੂੰ ਤੱਕੇ ਦੇ ਕੇ ਥਾਣੇ ਤੋਂ ਬੇਇੱਜ਼ਤ ਕਰਕੇ ਕੱਢ ਦਿੰਦਾ ਹੈ ਔਰ ਆਪਣੇ ਪਿੰਡ ਦੇ ਸਰਪੰਚ ਕੋਲ ਵੀ ਜਾਂਦੇ ਨੇ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਏ ਪਰ ਸਰਪੰਚ ਜਿਹੜਾ ਨਾ ਇਨਕਾਰ ਕਰ ਦਿੰਦਾ ਕਿਉਂਕਿ ਚੌਧਰੀ ਹਸ਼ਮਤ ਦਾ ਮਾਮਲਾ ਹੁੰਦਾ ਹੈ ਔਰ ਚੌਧਰੀ ਹਸ਼ਮਤ ਪਿੰਡ ਦਾ ਚੌਧਰੀ ਹੁੰਦਾ ਹੈ ਚੌਧਰੀ ਹਸ਼ਮਤ ਆਪਣੇ ਪੁੱਤਰ ਦੀ ਜੰਡ ਲੈ ਕੇ ਪਿੰਡ ਦੇ ਵੱਲ ਚੱਲਦਾ ਹੈ ਤੇ ਰਾਜ ਨਾਦਰ ਦੀ ਮਾਂ ਆ ਜਾਂਦੀ ਏ ਤੇ ਨਾਦਰ ਆ ਜਾਂਦਾ ਨਾਦਰ ਦੀ ਮਾਂ ਆਪਣੇ ਖੂਨ ਨਾਲ ਇੱਕ ਲਕੀਰ ਬਣਾ ਦਿੰਦੀ ਏ ਔਰ ਉਹਨਾਂ ਨੂੰ ਚੈਲੰਜ ਕਰਦੀ ਏ ਕਿ ਜਿਹੜਾ ਇਸ ਲਕੀਰ ਨੂੰ ਪਾਰ ਕਰੇਗਾ ਉਹਦੀ ਜ਼ਿੰਦਗੀ ਦੀ ਜ਼ਮਾਨਤ ਕੋਈ ਨਹੀਂ ਦੇ ਸਕਦਾ ਨਾਦਰ ਤੇ ਚੌਧਰੀ ਦੇ ਪੁੱਤਰਾਂ ਵਿੱਚ ਲੜਾਈ ਹੁੰਦੀ ਏ ਜਿੱਦੂ ਲੜਾਈ ਹੁੰਦੀ ਏ ਲੜਾਈ ਆਪਣੇ ਅਰੂਝੀ ਤੇ ਹੁੰਦੀ ਏ ਤੁਸੀਂ ਵੇਖਿਆ ਹੋਗਾ ਅਕਸਰ ਪੁਲਿਸ ਆ ਜਾਂਦੀ ਏ ਇਸ ਫਿਲਮ ਵਿੱਚ ਹੀ ਪੁਲਿਸ ਆ ਜਾਂਦੀ ਏ ਔਰ ਆ ਕੇ ਦੋਨਾਂ ਪਾਰਟੀਆਂ ਨੂੰ ਛੁੜਾ ਦਿੰਦੀ ਏ ਨਾਦਰ ਜਿਹੜਾ ਹੁੰਦਾ ਏ ਔਰ ਜਾਗੀਰਦਾਰ ਦੇ ਪੁੱਤਰ ਨੂੰ ਅਗਵਾ ਕਰ ਲੈਂਦਾ ਏ ਪੁਲਿਸ ਨੂੰ ਜਦੋਂ ਅਗਵਾ ਦਾ ਪਤਾ ਚੱਲਦਾ ਏ ਉਹ ਨਾਦਰ ਦੀ ਤਲਾਸ਼ ਹੀ ਨਿਕਲਦੀ ਏ ਨਾਦਰ ਦਾ ਪਿੱਛਾ ਕਰਦੀ ਏ ਬੇ ਦੁੱਖ ਕਿ ਹੋ ਜਾ ਵੀ ਹੋਵੇ ਕਾਲੇ ਪਹਾੜ ਤੇ ਜਾ ਕੇ ਟਲ ਵਜਾ ਮੇਰਾ ਪੁੱਤਰ ਆਪ ਆ ਜਾਏਗਾ ਇਹ ਇਧਰ ਜਿਹੜਾ ਚੌਧਰੀ ਹਸ਼ਮਤ ਹੁੰਦਾ ਹੈ ਆਪਣੀ ਸ਼ਰਾਰਤਾਂ ਤੋਂ ਬਾਜ਼ ਨਹੀਂ ਆਂਦਾ ਔਰ ਰਾਣੀ ਨੂੰ ਪੂਰੇ ਪਿੰਡ 'ਚ ਨੰਗੇ ਸਿਰ ਫੇਰਾਂਦਾ ਜਿਸ ਤੇ ਨਾਦਰ ਨੂੰ ਸਖਤ ਗੁੱਸਾ ਆ ਜਾਂਦਾ ਨਾਦਰ ਇਸ ਗੁੱਸੇ ਦੇ ਅੰਦਰ ਜਾਗੀਦਾਰ ਦੇ ਦੋਨਾਂ ਪੁੱਤਰਾਂ ਨੂੰ ਕਤਲ ਕਰ ਦਿੰਦਾ ਔਰ ਉਹਨਾਂ ਨੂੰ ਕਤਲ ਕਰਨ ਤੋਂ ਬਾਅਦ ਪਿੰਡ ਦੇ ਚੌਕ 'ਚ ਟੱਲ ਲਗਾ ਦਿੰਦਾ ਕਿ ਜਦੋਂ ਕਿਸੇ ਨਾਲ ਨਾ ਇਨਸਾਫੀ ਹੋਏ ਤੇ ਉਸタル ਨੂੰ ਖੜਕਾਏ ਨਾਦਰ ਆ ਜਾਏਗਾ ਤਲ ਖੜਕਦਾ ਹੈ ਨਾਦਰ ਆ ਕੇ ਵੇਖਦਾ ਹੈ ਪਿੰਡ ਦਾ ਇੱਕ ਬਜ਼ੁਰਗ ਬੰਦਾ ਆਪਣੀ ਧੀ ਦੇ ਨਾਲ ਆਂਦਾ ਹੈ ਔਰ ਨਾਦਰ ਨੂੰ ਦੱਸਦਾ ਹੈ ਕਿ ਚੌਧਰੀ ਦੇ ਗੁੰਡਿਆਂ ਨੇ ਉਹਦੇ ਮਕਾਨ ਤੇ ਕਬਜ਼ਾ ਕਰਕੇ ਉਹਨੂੰ ਬੇਦਖਲ ਕਰ ਦਿੱਤਾ ਨਾਦਰ ਆਂਦਾ ਔਰ ਆ ਕੇ ਗੁੰਡਿਆਂ ਨੂੰ ਮਾਰ ਕੇ ਕਬਜ਼ਾ ਵਾਪਸ ਬਜ਼ੁਰਗਾ ਨੂੰ ਦਿਵਾਉਂਦਾ ਹੈ ਜਦੋਂ ਜਗੀਰਦਾਰ ਇਹਨਾਂ ਸਾਰਿਆਂ ਵਾਕਿਆਂ ਤੋਂ ਪਰੇਸ਼ਾਨ ਹੁੰਦਾ ਹੈ ਉਹ ਜੇਲ ਜਾਂਦਾ ਹੈ ਕਿ ਹੈਦਰ ਬਦਮਾਸ਼ ਨਾਲ ਮੁਲਾਕਾਤ ਕਰ ਸਕੇ ਜਦੋਂ ਜੇ ਕੋਈ ਦੇ ਤੈਨੂੰ ਪਤਾ ਚੱਲਦਾ ਹੈ ਕਿ ਹੈਦਰ ਉਸ ਧਾਨ ਤੋਂ ਪਹਿਲੇ ਹੀ ਰਿਆ ਹੋ ਗਿਆ ਹੈ ਜਾਗੀਰਦਾਰ ਉਹਦੇ ਡੇਰੇ ਤੇ ਹੀ ਜਾਂਦਾ ਹੈ ਪਰ ਉਹਨੂੰ ਪਤਾ ਚੱਲਦਾ ਹੈ ਕਿ ਹੈਦਰ ਡੇਰਾ ਵੀ ਛੋੜ ਕੇ ਚਲਾ ਗਿਆ ਔਰ ਉਸਨੇ ਬਦਮਾਸ਼ੀ ਛੱਡ ਦਿੱਤੀ ਹੈ ਐਨੇ ਵਿੱਚ ਜਾਗੀਰਦਾਰ ਦੇ ਭਰਾ ਜਲਤੂ ਰਿਆ ਹੋ ਜਾਂਦੇ ਨੇ ਉਹ ਰਿਆਵ ਕੇ ਸਭ ਤੋਂ ਪਹਿਲੇ ਪਿੰਡੀ ਜਾਂਦੇ ਨੇ ਔਰ ਰਾਣੀ ਨੂੰ ਅਗਵਾ ਕਰ ਲੈਂਦੇ ਨੇ ਜਦੋਂ ਨਾਦਰ ਦੀ ماں ਨੂੰ ਪਤਾ ਚਲਦਾ ਹੈ ਉਹ ਟਲ ਖੜਕਾਂਦੀ ਏ ਨਾਦਰ ਆ ਜਾਂਦਾ ਏ ਉਹ ਨਾਦਰ ਨੂੰ ਸਾਰੀ ਗੱਲ ਦੱਸਤੀ ਏ ਨਾਦਰ ਹਮਲਾ ਕਰ ਦਿੰਦਾ ਏ ਔਰ ਇਸ ਹਮਲੇ ਦੇ ਦੌਰਾਨ ਨਾਦਰ ਜ਼ਖਮੀ ਹੋ ਜਾਂਦਾ ਏ ਔਰ ਪੁਲਿਸ ਨੂੰ ਵੇਖ ਕੇ ਫਰਾਰ ਹੋ ਜਾਂਦਾ ਏ ਜਦੋਂ ਫਰਾਰ ਹੁੰਦਾ ਹੈ ਪੁਲੀ ਉਹਦਾ ਪਿੱਛਾ ਕਰਦੀ ਏ ਉਹ ਫਰਾਰ ਹੁੰਦਾ ਤੇ ਰਸਤੇ 'ਚ ਡਾਕੂ ਉਹਨੂੰ ਘੇਰ ਲੈਂਦੇ ਔਰ ਆਪਣੇ ਟੇਰੇ ਤੇ ਲੈ ਜਾਂਦੇ ਔਰ ਜਦੋਂ ਸਾਰੀ ਦਸਤਾਨ ਸੁਣਦੇ ਨੇ ਨਾਦਰ ਨੂੰ ਆਪਣੇ گروਹ ਚ ਸ਼ਾਮਲ ਕਰ ਲੈਂਦੇ ਨੇ ਨਾਦਰ ਪਹਿਲਾ ਕਾਮਯਾਬ ਡਾਕਾ ਜੱਦੂ ਮਾਰਦਾ ਹੈ ਤੇ ਸਭ ਉਹਦੀ ਜਾਨਤ ਤੋਂ متاثر ਹੁੰਦੇ ਤੇ ਉਹ ਨੂੰ ਆਪਣੇ گروਹ ਦਾ ਸਰਦਾਰ ਬਣਾ ਲੈਂਦੇ ਨੇ ਨਾਦਰ ਦੇ ਸਾਥੀ ਇੱਕ ਮਿਲ ਨੂੰ ਲੁੱਟਣਾ ਚਾਹਦੇ ਨੇ ਪਰ ਉਹਦਾ ਜਿਹੜਾ ਚੌਕੀਦਾਰ ਹੈ ਉਹ ਹੈਦਰ ਹੁੰਦਾ ਹੈ ਹੈਦਰ ਸਾਰਿਆਂ ਨੂੰ ਮਾਰ ਕੇ ਨਸਾਹ ਦਿੰਦਾ ਹੈ ਨਾਦਰ ਤੇ ਹੈਦਰ ਦਾ ਟਕਰਾਓ ਹੁੰਦਾ ਹੈ ਪੁਲਿਸ ਆ ਜਾਂਦੀ ਹੈ ਪੁਲਿਸ ਨੂੰ ਦੇਖ ਕੇ ਨਾਦਰ ਫਰਾਰ ਹੋ ਜਾਂਦਾ ਹੈ ਹਸ਼ਮਤ ਹਾਦਰ ਦੇ ਭਰਾ ਨੂੰ ਕਤਲ ਕਰਕੇ ਸਾਰਾ ਇਲਜ਼ਾਮ ਨਾਦਰ ਤੇ ਲਗਾ ਦਿੰਦਾ ਹੈ ਔਰ ਹਦਰ ਆਪਣੇ ਭਰਾ ਦੀ লাশ ਵੇਖ ਕੇ ਦੁਬਾਰਾ ਬਦਮਾਸ਼ ਬਣ ਜਾਂਦਾ ਹੈ ਔਰ ਹਦਰ ਨਾਦਰ ਦੀ ਤਲਾਸ਼ ਹੀ ਨਿਕਲਦਾ ਹੈ ਔਰ ਪਿੰਡ ਦੇ ਚੌਕ ਵਿੱਚ ਖੜਾ ਹੋ ਕੇ ਉਹਨੂੰ ਲਲਕਾਰਦਾ ਹੈ ਉਹਦੀ ਮਾਂ ਜਾਂਦੀ ਔਰ ਮਾਂ ਆ ਕੇ ਕਹਿੰਦੀ ਹੈ ਕਿ ਤੂੰ ਟਲ ਖੜਗਾਏਗਾ ਤੇ ਨਾਦਰ ਆ ਜਾਏਗਾ ਹਦਰ ਟਲ ਖੜਗਾ ਦਿੰਦਾ ਹੈ ਔਰ ਨਾਦਰ ਆ ਜਾਂਦਾ ਹੈ ਔਰ ਚੌਧਰੀ ਹਸ਼ਮਤ ਜਿਹੜਾ ਆਉਂਦਾ ਹੈ ਹیدر ਦੀ ਪੈਂਟ ਦੀ ਲੁੱਟਣ ਦੀ ਕੋਸ਼ਿਸ਼ ਕਰਦਾ ਹੈ ਨਾਦਰ ਆ ਕੇ ਉਸੀ ਇੱਜ਼ਤ ਬਚਾ ਲੈਂਦਾ ਹੈ ਔਰ ਬਚਾ ਕੇ ਉਹਨੂੰ ਆਪਣੇ ਘਰ ਲੈ ਆਂਦਾ ਹੈ ਜਦੋਂ ਹیدر ਟਲ ਖੜਕਾਂਦਾ ਹੈ ਨਾਦਰ ਆ ਜਾਂਦਾ ਹੈ ਦੋਨੋਂ ਦੀ ਆਪਸ ਵਿੱਚ ਲੜਾਈ ਹੁੰਦੀ ਹੈ ਨਾਦਰ ਹیدر ਨੂੰ ਦੇਖ ਕੇ ਬੜਾ ਹੈਰਾਨ ਰਹਿੰਦਾ ਹੈ ਔਰ ਇਸ ਦੌਰਾਨ ਲੜਾਈ ਦੇ ਦੌਰਾਨ ਨਾਦਰ ਜ਼ਖਮੀ ਹੋ ਕੇ ਦਰਿਆ 'ਚ ਡਿੱਗ ਜਾਂਦਾ ਹੈ ਔਰ ਮਾਂ ਇਹ ਸੁਣ ਕੇ ਪਰੇਸ਼ਾਨ ਹੋਦੀ ਹੈ ਕਿ ਹیدر ਨੇ ਨਾਦਰ ਨੂੰ ਕਤਲ ਕਰ ਦਿੱਤਾ ਹੈ ਚੋਦਰੀ ਅਸ਼ਮਤ ਹਦਰ ਦੀ ਪੈਣ ਨੂੰ ਚੁੱਕ ਕੇ ਲੈ ਜਾਂਦਾ ਹੈ ਹਦਰ ਨੂੰ ਸਾਰੀ ਗੱਲ ਪਤਾ ਚੱਲਦੀ ਏ ਉਹ ਆਂਦਾ ਹੈ ਔਰ ਦੁਸ਼ਮਣਾਂ ਨਾਲ ਟਕਰਾਉਂਦਾ ਹੈ ਹਦਰ ਨੂੰ ਜਦੋਂ ਪਤਾ ਚੱਲਦਾ ਹੈ ਕਿ ਦੁਸ਼ਮਣਾਂ ਨੇ ਉਹਦੀ ਪੈਣ ਨੂੰ ਅਗਵਾ ਕਰ ਲਿੱਤਾ ਹੈ ਉਹ ਆਂਦਾ ਹੈ ਔਰ ਦੁਸ਼ਮਣਾਂ ਨਾਲ ਟਕਰਾ ਜਾਂਦਾ ਹੈ ਨਾਦਰ ਵੀ ਉਸ ਦੀ ਮਦਦ ਨੂੰ ਆ ਜਾਂਦਾ ਹੈ ਇਸ ਹਮਲੇ ਦੇ ਦੌਰਾਨ ਹਦਰ ਜ਼ਖਮੀ ਹੋ ਜਾਂਦਾ ਹੈ ਨਾਦਰ ਸਭ ਨੂੰ ਮਾਰ ਦਿੰਦਾ ਹੈ ਔਰ ਹਦਰ ਜਿਹੜਾ ਨਾ ਉਹ ਵੀ ਆਪਣੀ ਜਾਨ ਦੀ ਵਾਜ਼ੀ ਹਾਰ ਦਿੰਦਾ ਹੈ ناظرین ہے بڑی زبردست فیل میں یوٹیوب تو موجود ہے اگر تعین میری معلومات اچھی لگی ہوے چینل لائک کرو سبسکرائب کرو تو شیئر کرو تو نیکسٹ ویڈیو تک رب رکھا